ਕਹਿੰਦੇ ਸੀ ਇਲੈਕਸ਼ਨ ਸੀਂਦਾ ਪਿਆ। ਇਲੈਕਸ਼ਨ ਕਹਿੰਦੇ ਦਰਮਿਆਨ ਇੱਕ ਉਹ ਟੋਲਾ ਹੈ ਜਿਹੜਾ 60 ਸਾਲ ਗੁਰਦੁਆਰੇ ਕਰਤਾਲ ਕਰਦਾ ਪਿਆ, ਸਾਰਾ ਖੂਨ ਪੀਂਦਾ ਪਿਆ, ਸਾਰੇ ਨਾਂ ਤੇ ਖਾਨ ਬਣਾ ਬੈਠੇ। ਤੁਹਾਨੂੰ ਤਾਂ ਪਤਾ ਯਾਰ ਕਿ ਖਾਨ ਜਮਾ ਹੀ ਕੋਈ ਬੋਲੀ, ਸਾਰੇ ਆਮ ਗਰੀਬ ਲੋਕ ਹੈ, ਹੁਣ ਖਾਨ ਬਣ ਗਏ ਤੇ ਖਾਨ ਕਿੱਥੋਂ ਬਣੇ? ਸਾਰੇ ਨਾਂ ਦੇ ਬਣੇ। ਹੁਣ ਇਹ ਵੀ ਛੋੜੋ, ਇਹ ਤਕਰੀਬਨ ਸਨ 2000 ਕੋਲ ਜਮਹੂਰੀਅਤ ਆਈ ਹੈ, ਇਲੈਕਸ਼ਨ ਸ਼ੁਰੂ ਤਹਿਣ ਤੇ ਕਾਬਿਲ ਤਹਿਣ 2002 ਤੱਕ ਇਸ ਦੌਰਾਨ ਜਿਹੜੇ ਅੰਗਰੇਜ਼ਾਂ ਹਸਪਤਾਲ ਬਣੇ ਜਾਂ ਡਿਪਟਨ ਦੇ ਹਾਲੇ ਨੂੰ ਉਹ ਫੜੀ ਗਏ। 2002 ਤੱਕ ਇਹ ਮਿਡਲ ਹਾਈ ਸਕੂਲ ਆਈ ਸਨ 71 ਵਿੱਚ ਬਣਾ ਆਈ, ਸ਼ੇਰੀਆਂ ਵਾਲੇ ਮਿਡਲ ਸਕੂਲ ਆਈ ਸਨ 71 ਦੇ ਵਿੱਚ। ਬਿਜਲੀ ਵਾਲੇ ਬਿਜਲੀ ਲੈਂਦੇ ਵਧਿਆ ਨਹੀਂ, ਫਿਰ ਲੜਾਈ ਛਿੜ ਗਈ ਆਈ, ਬਿਜਲੀ ਵਾਲੇ ਛੋੜ ਗਏ ਹਨ। ਜਿੱਥੇ ਉਹ ਛੋੜ ਗਏ 2002 ਤਾਂ ਉੱਥਾਂ ਹੀ ਖੜੀ ਆਈ। 2002 ਚ ਮੌਲੀ ਆਏ ਉਹਨਾਂ, ਉਸ ਪਹਿਲੇ ਟਰਾਂਸਫਾਰਮਰ ਇੱਕੋ ਹੈ ਸ਼ਹਿਰ ਵਿੱਚ। 2002 ਚ ਮੌਲੀ ਆਏ ਉਹਦੇ ਬਾਅਦ ਉਹਨਾਂ ਯਾਰ ਕੀ ਕੰਮ ਕੀਤਾ ਹੈ, ਗਲੀਆਂ ਬਣਾਈਆਂ, ਟੈਂਕੀ ਬਣਾਈ ਹੈ, ਬਿਜਲੀ ਦਾ ਕੰਮ ਅਦਾਇਆ ਨੇ, ਸਕੂਲ ਕੋ ਹਾਇਰ ਸੈਕੰਡਰੀ ਕੀਤੇ ਨੇ, ਛੇਰੀਆਂ ਨੇ ਗਵਾਹੀ ਕੀਤੇ ਨੇ, ਉਹਨਾਂ ਕੋਲ ਯਾਰ ਦਾ ਨਕਸ਼ਾ ਬਦਲਿਆ। ਇਹਨਾਂ ਗਰੀਬਾਂ ਨੇ ਕੁਛ ਨਹੀਂ ਕੀਤਾ, ਉਹ ਮੌਲੀਆਂ ਦੀ ਮਿਹਰਬਾਨੀ। ਜਿਹੜੇ ਮੌਲੀ ਹਕੂਮਤ ਖਤਮ ਸੀ, ਇਹ ਟੈਂਕੀ ਤਿਆਰ ਸੀ ਗਿਆ, ਇਹ ਗਰੀਬ ਲੋਕ 7 ਸਾਲ ਤੱਕ ਟੈਂਕੀ ਨਹੀਂ ਚਲਾ ਸਕੇ, ਟੈਂਕੀ ਉਵੇਂ ਦੀ ਉਵੇਂ ਖੜੀ ਹੈ। ਤੁਹਾਡੇ ਸਾਹਮਣੇ ਟੂਟੀ ਨਾਲ ਲਾ ਖੜਾਈ ਆਈ ਲੋਕਾਂ ਦੇ ਫਸਲਾਂ ਵਾਸਤੇ, ਪੀਵਣ ਦਾ ਪਾਣੀ ਲੋਕਾਂ ਦਾ ਕੋਨ ਆਈ, ਚੋਖਾਂ ਦਾ ਪਾਣੀ ਕੋਨ ਆਈ, ਇੱਥੇ ਜਿਹੜਾ ਗਾਹ ਆਈ ਦੇਖ ਵਾਸਤੇ ਪਹਾੜ ਪੂਰ ਤੇ ਮੁਕੀਮ ਸਾਜ ਮੈਂ ਆਵੜਾ ਕਣਕਾਂ ਦੇਖੀਆਂ ਤੋਂ ਦੇਖ ਕੇ ਹਰਿਆਣ ਚੰਦੇ ਆ, ਲੋਕਾਂ ਦੀ ਬੇਇੱਜ਼ਤੀ ਸੀ ਆਈ। ਇਹ ਇਹਨਾਂ ਕੋਈ ਟੂਟੀ ਲਾ ਕੇ ਆਦੇ ਨੇ, ਕੌਣ ਇਹ ਸਭ ਟੂਟੀ ਪਟਾਉਣ ਵਾਲਾ? ਅਸਾਂ ਸਿਆਸਤ ਛੋੜ ਦੇ ਦੋਗਾ ਟੂਟੀ ਕੇ ਪੱਟ ਛੋੜੀ ਤਾਂ ਅਸੀਰ ਸਾਰਾ, ਹਾਂ ਸਾਰਾ ਟੂਟੀ ਪੱਟ ਕੇ ਅਸਾਂ ਲਾਈਏ, ਜਿਹੜਾ ਮਾਲ ਹੀ ਸੌਖੇ ਸੀ ਗਏ, ਇਨਸਾਨ ਹੀ ਸੌਖੇ ਸੀ ਗਏ। ਬਸ ਉਹਦੇ ਬਾਅਦ ਉਹਨੇ ਜ਼ਮੀਨ ਸ਼ਹਿਰ ਦੀ ਵੇਚ ਛੋੜੀ ਹੈ ਵਜ਼ੀਰਾਂ ਤੇ, ਜਿਹੜੇ ਕੋਈ ਸੜਕ ਬਹਿੰਦੀ ਪਈ ਹੈ ਪਣਿਆਲੀ ਵਾਲੀ, ਉਹ ਰਸਤਾ ਵੀ ਨਾ ਵੇਚ ਛੋੜਿਆ। ਜਿਹੜਾ ਸਾਨੂੰ ਪਤਾ ਲੱਗਾ ਮੈਂ ਉਸ ਟਾਈਮ ਸਾਰੇ ਮਲਿਕ ਸਾਰੇ ਖਾਨ ਵਿੱਚ ਸ਼ਾਮਿਲ ਹਨ, ਕੇਸ ਸਾਰੇ ਰਲੇ ਖੜਿਆ। ਮੈਂ ਇੱਕ ਇੱਕ ਆਖਿਆ ਸ਼ਾਹ ਦੀ ਜ਼ਮੀਨ ਹੈ, ਖੁਦਾ ਦੇ ਬੰਦੇ ਸਭ ਹਸਪਤਾਲ ਬਣਦੀ, ਕਾਲਜ ਬਣਦੀ, ਕੋਈ ਬੇਸ਼ਾ ਬਣਦੀ, ਕੋਈ ਅੱਗੂ ਤੇ ਸੀ ਉਹ, ਇਹ ਅਜੇ ਤਾਂ ਕੁਛ ਥੀ ਵੀ ਨਹੀਂ ਸਕਦਾ। ਅਖੀਰ ਮੈਂ ਅੱਗੂ ਤੇ ਸੀ, ਹਾਂ ਮੈਂ ਕੋਈ ਮੇਰੀ ਅੰਦਾਜ਼ ਕਰੋ, ਉਹ ਅਜਾ ਤੁਸੀਂ ਦੁਆ ਕਰੇ ਤੂੰ ਬਈ ਅੰਦਾਜ਼ ਹੋ ਨਹੀਂ ਜੀ। ਮੈਂ ਅੱਗੂ ਦਿੱਤੀਆਂ, ਮੈਂ ਕੋਸ਼ਿਸ਼ ਕੀਤੀ ਹੈ, ਮੈਂ ਕਮ ਅਜ ਕਮ 2 ਲੱਖ ਪੌਣੇ 2 ਲੱਖ ਰੁਪਇਆ ਲਾਇਆ ਉਹ ਜ਼ਮੀਨ ਵਾਪਸ ਕਰਾਈ, ਮੈਂ ਉਹਦਾ ਮਰਲਾ ਨਹੀਂ ਮਿਲਾ, ਇਹ ਆਵਾਮ ਦੀ ਜ਼ਮੀਨ ਆਈ। ਹੁਣ ਆਉਣੇ ਦਾ ਹਸਪਤਾਲ ਕੀਤੀ ਜਾਂਦੇ, ਉਹ ਹਸਪਤਾਲ ਦੀ ਜ਼ਮੀਨ ਸੁੱਖ ਮੈਂ ਲਿੱਤੀ ਹੈ ਜ਼ਾਲਮ, ਛੋੜੀ ਆਈ। ਅਗਰ ਹਸਪਤਾਲ ਆਜੀ ਸਹੀ ਬਣਦੀ ਸਹੀ ਤਾਂ ਹੋਵੇ ਤਾਂ ਮੇਰੀ ਮਿਹਰਬਾਨੀ ਸਮਝੋ, ਮੈਂ ਸੁੱਖ ਜ਼ਮੀਨ ਲਿੱਤੀ ਹੈ, ਤੁਸੀਂ ਤਾਂ ਵੇਚ ਛੋੜੀ ਹੈ ਵਜ਼ੀਰਾਂ ਦੇ, ਇਹ ਪੱਗ ਇਹ ਕਿਹੜੀ ਕੁ ਤੁਹਾਡੇ ਨਾਲ ਖੈਰ ਸਫਾਈ ਕਰੇ ਸਨ, 60 ਸਾਲ ਤੱਕ ਪਾਣੀ ਪੀਵਣ ਦਾ ਦੇ ਨਹੀਂ ਸਕੇ। ਹਕੂਮਤ ਤੋਂ ਬਹਿਰ ਰਹਿਣ, ਮਨੂ ਖਾਨ ਦੇ 5 ਸਾਲੇ ਦੇ ਮਾਲਕ ਏ, ਰੱਟੀ ਖਾਨ ਦੇ 3-5 ਸਾਲਾਂ ਦੇ ਮਾਲਕ ਏ, ਜਵੇਦ ਅਕਬਰ ਖਾਨ ਦੇ ਮਾਲਕ ਏ, ਹੁਣ 15 ਸਾਲ ਖਾਨ ਦੇ ਮਾਲਕ ਏ, ਫੰਡ ਆਪ ਇਹ ਤਸਲੀਮ ਕਰਦੇ ਨੇ, ਲੋਕਾਂ ਨੂੰ ਫੰਡ ਇਹ ਦਿੰਦੇ ਨੇ, ਲੇਕਿਨ 4.5 ਦੇ ਪੀਵਣ ਦਾ ਪਾਣੀ ਕੋਈ ਨਹੀਂ, ਇਹ ਕਿਵੇਂ ਲੋਕ? ਜਾਰੇ ਕੋਲ ਕੀ ਆ ਕੋਈ ਅਹਿਮੀਅਤ ਅੱਛਾ ਸ਼ਹਿਰ ਹੈ ਇਹ ਦਿੱਲੀ ਦੇ ਵਿੱਚ, ਜਾਰੇ ਕੰਮ ਤੇ ਜਾਰੇ ਦੇ ਪੀਵਣ ਦਾ ਪਾਣੀ ਕੋਈ ਨਹੀਂ, ਤੇ ਵੱਧ ਭਗਵਾਨ ਨੇ ਤੇ ਵੱਧ ਹੁਣ ਹੁਣੇ ਦੀ ਸ਼ਹਿ ਕੋਈ ਨਾ, ਤੇ ਹੁਣ ਕਰੋੜਾਂ ਰੁਪਏ ਸ਼ੁਰੂ ਦੀਆਂ ਲੱਗਣ, ਇਹ ਕਿੱਥੋਂ ਆ ਗਏ ਪੈਸੇ? ਤੇ 2 ਸਾਲ ਪਹਿਲੇ ਕੰਮ ਕਿਉਂ ਨਾ ਵਿਕਰ ਦੇ, ਇਹੋ ਕੰਮ 2 ਸਾਲ ਪਹਿਲੇ ਕਰੋ ਆ ਨਾ, ਆਵਾਮ ਪਤਾ ਲੱਗੇ ਤੂੰ ਖਿਦਮਤ ਜਾ ਰਹੀ ਵੇ, ਖਿਦਮਤ ਚੜਨ ਆ ਰਹੀ ਵੇ। ਮੈਂ ਹੁਣ ਕਸਮ ਚਾਹ ਕੇ ਆਦਾ ਕਿ ਅਗਰ ਅੱਜ ਹੀ ਆਵਾਮ ਦਾ ਕੰਮ ਸ਼ੁਰੂ ਕਰਨ ਨਾ, ਇਹ ਪੀਵਣ ਦਾ ਪਾਣੀ ਕਰਨ, ਇਹ ਪਾਸ਼ੀ ਦਾ ਵਸੈਲ ਬਣਾਵੇ, ਇਹ ਹਸਪਤਾਲਾਂ ਬਣਾਵੇ, 100 ਰੁਪਏ 1 ਰੁਪਿਆ ਆਵਾਮ ਦੇ ਲਾਵੇ, ਨਵੇਂ ਖਾਵੇ ਨਵੇਂ ਖਾਵੇ, ਖੈਰ ਹੈ ਆਵਾਮ ਦਾ ਕੰਮ ਸੀ, ਮੈਂ ਇਤਿਹਾਸ ਛੋੜੇਗਾ, ਮੈਂ ਇਹਨਾਂ ਕੀਤਾ, ਲੇਕਿਨ ਇਹਨਾਂ ਦਾ ਪ੍ਰੋਗਰਾਮ ਸਿਰਫ ਔਰ ਸਿਰਫ ਆਵਾਮ ਨੂੰ ਜ਼ਲੀਲ ਕਰਨ ਦਾ ਹੈ, ਸਿਰਫ ਦੋਖਾ, ਇਹਨਾਂ ਦੀ ਸਿਆਸਤ, ਇਹਨਾਂ ਦਾ ਵੋਟ ਧੋਸ ਧਾਂਦੀ ਤੇ ਲਾਲਚ ਦਾ ਵੋਟ ਹੈ, ਕਹਿ ਕੋ ਰੋਬਣਾ ਗਿਣਸਨ, ਕਹਿ ਕੋ ਲਾਲਚ ਦੇ ਸਨ, ਕਹਿ ਕੋ ਧੋਖਾ ਦੇ ਸਨ, ਹੁਣ ਥੰਬੇ ਵਹਿੰਦੇ ਪੈਣ, ਗਲੀਆਂ ਬਣਦੀਆਂ ਪਈਆਂ, ਪਾਣੀ ਦੇ ਪੈਪ ਲੱਗਦੇ ਪੈਣ, ਜਿਹੜੇ ਪਾਣੀ ਕੋਈ ਨੀ ਪੈਪਾਂ ਚੱਕਰੇ ਤੋਂ, ਆਵਾਮ ਕੋ ਇਹ ਮੁਲਕ ਗਿਣਨ ਦੇ ਪ੍ਰੋਗਰਾਮ ਹੈ, ਆਵਾਮ ਕੋ ਖਰੀਦਣ ਦੇ ਪ੍ਰੋਗਰਾਮ ਹੈ,
सारे लोग सोते साधे लोग समझे नहीं, वो आखिर यार लू खंबे में लगे उड़े जाते वोट दे था खंबे तो गिन गए 20,000 रुपए खंबे गिन गए वोट भेज छोड़ा वह सारे सीटें 5 साल दबा दे बैठे ना इन तरीके ना सारी सीट हुकूमत रहने दे नौकरियां जितने तक नौकरियां ना ताला के मैं उधर सौ को ही गाली दिया लगे इसीना ने बगैर नौकरी दी कोई मिरासी कोई नहीं कोई दरखान कोई भाई कौम का बंदा कमियां को छोड़ कोई नौकरी लगे कितने संगते कितने लोग इन्हें वोट इन्हें तो कुल डाक जा रहे इन्हें तो कुल डाक जा रहे वो नौकरियां सारी ना आ मेरी याद ही एक अफसरी आई जा रही किसे एक अफसरी वो भी चपरासी उड़े छोड़िए अपने पितरेर को वो चपरासी तो पहले नौकरी लगा भी आई वो तो पहले नौकरी करना भी आई लेकिन वो मैं यार की बीए पास कोई को नहीं वट्टा चाह तो बीए पास निकल कर रहा है फिर उस द्वार वजह मैं अफसोस उन लोगों से लगता है पढ़ा लिखा जिन्हें नाल वजह एक कल जो अफसरी मिलती बेफिदे उठे थोड़ा क्यों नहीं देना लिहाजा तुम हूं सोच समझ के वोट इस्तेमाल करो एक मौका ने मौली साहबान ने काम किए मौलिया का उम्मीदवार है अमीर मलिक पर हक को वोट दो मैं शहीदों की पार्टी का वारिस हूं बेनजीर लोगों को रोजगार देता है और ऐसा कानून बनाया कि जेरी हुकूमत आती है लोगों को पैसे मिलते पैन भुट्टू शहीद ने ऐसा बम बनाया इस्लामी दुनिया का पहला मुल्क है पाकिस्तान बल्कि वह सितो मुल्क है बेटा बॉम्बे मेहरबानी करो इस इलेक्शन किताब को तीर को वोट दो जो कोई भी जा रहा था जो बदलना चाहते हुए था इंशाला सब कुछ मैं जा रहा था हिसाब बदला रहे तू पानी घर घर होती है दुकम नाल गलियां बंद बच्चे खड़े होते हैं अस्पताल नहीं होती आखिर मैं अपने मेहरबान शफीउल्ला तुसा दोस्तों का शुक्रिया अदा करना कि मसरूफ टाइम तुम वक्त कटे साडो आए वे हूं चाक टाइम बहुत थोड़ा है बई जाती प्रोग्राम है उन्होंने चलो थींदा पी है तुसा मेहरबानी को तुसे सा ना लगे हो खुदा हाफिज बड़ी मेहरबानी जिंदाबाद जिंदाबाद दौला से जिंदाबाद दौला से जिंदाबाद सारे दोस्तों का बड़ा शुक्रिया बहुत बहुत शुक्रिया तुसा लोग तशरीफ गिन के आई हुए बड़ा कीमती टाइम कट के आई हुए 100 दफा 1000 दफा बार बार शुक्रिया एक जरूरी गाल हर बंदा समझदार है अपने फायदे नुकसान को हर बंदा समझ लेना है चाहे छोटा है चाहे वड्डा है सराइकी जबान हर कोई समझे ना पिया है एक जरूरी गाल अच्छा चाह पी के मजे सारे बंदे चाह का भी प्रोग्राम है पिया ठीक है अगर तुम्हारी अचीज रात तुम्हारे हकूक गाल जरूरी सुन गिनो चाहे को पता ना हो सी इस वास्ते उन्होंने को पता लग मजे तुम्हारे हकूक तुम्हारी अचीज दूजे सारा शिव सिंह पे हैं जिंदा मिसाल से हार वाला टोटल 40 घर हर घर घर नलका लग गया है क्यों किस वास्ते यार कले वाउंड नहीं दे गैरत को नहीं क्यों ऐसा कुत्ते हैं वो सारे को ज्यादा हैं मौती किस वास्ते भाई सारे पीवन का पानी को नहीं सारा बंदा उड़ता है बच्चे तो मैं है मजदूरी तो बच्चा दे पानी को नहीं बाबा और बच्चे तो वैसी कि पानी को वैसी किंदे वैसी बच्चे को बंदे मजदूरी करके पसीना पसीना सारा के पानी को नहीं ऊंडा तो किंदे वैसू रोड देख सीधान थी ने पहन खुदा को जान देवनी ने हक दा साथ रहे हो अगर वो हक ते हिंदू ग्रंथ साथ रहे हो सीधी गाल है वो बच्चे मरते पहन रोड एक्सीडेंट कौन खत्म करे सी खुदा को जान देवनी है मैं भी देवनी है तो सामी देवनी है बच्चा ने कुत्ते नहीं लग दिया पहिया ये कौन पड़े सी जंप हूँ तुम्हारी अजमत को मैं सलाम करे ना सब तू पहले तुसा खड़े ही रोड उते उसे वेले जंप बन गए पहले क्यों नहीं बन दे ग्यारह जवान खड़ी है किले ऊपर खड़ी है उसे वेले जाम बन गई क्यों आवाम की ताकत है तुम्हारी ताकत है तुम्हारे बीच बड़ी ताकत है समझो उस ताकत को सारे बच्चे क्यों मर गए हैं मैं उसे जवाब रोड पे पिटे ना हम सारे बच्चे क्यों मर गए हैं क्यों मर गए हैं